मैम अज वोटा शुरू हो चुकी अज तुम अपनी फैमिली नाल जा रहे हो वोट पाने लिए जी कहना चाहते बहुत सुभागा दिन है जी मेहनत की है और एक लंबा मेहनत तो बाद अज निर्णायक दिन है और बड़ा आसमंद है परमात्मा की वाहेगुरु की माता रानी की आशीर्वाद लेके निकले हैं और सब ठीक होएगा। की मैसेज देना चाहते हो वोटर वोटर्स नू मैं यही बेनती करना चाहूँगी कि डेमोक्रेटिक सैटअप ये उन्हों का बहुत बड़ा हक है और जो साड़ी कॉन्स्टिट्यूशन है बाबा साहब अंबेडकर दी दिते हुए इस हक नू वो विवेक नाल और समझ नाल इस्तेमाल करन और अपनी उस कैंडिडेट नू उस विचारधारा वाली पार्टी नू वोट देन जो वो समझते हैं कि वो अज देश और पंजाब के लिए कारगर है सही है और जरूरी है। ਪੂਰਕ ਜਿਹੜੀ ਹੈ ਵੋਟਿੰਗ ਉਹ ਚੱਲ ਰਹੀ ਹੈ ਐਂਡ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਤੇ ਉਹ ਐਜ਼ ਪਰ ਜੋ ਇਲੈਕਸ਼ਨ ਕਮਿਸ਼ਨ ਕੀ ਜੋ ਗਾਈਡਲਾਈਨ ਹੈ ਉਹ ਉਹਨੂੰ ਅਸੀਂ ਸਾਰੇ ਫੋਲੋ ਕਰ ਰਹੇ ਹਾਂ ਜੋ ਵੀ ਡੀਸੀ ਸਾਹਿਬ ਦੇ ਇਲੈਕਸ਼ਨ ਕਮਿਸ਼ਨ ਦੇ ਜੋ ਵੀ ਹੁਕਮ ਹੈਗੇ ਉਹਨਾਂ ਦੀ ਪਾਲਣਾ ਦੇ ਅਕੋਰਡਿੰਗ ਹੀ ਹੈ ਕਿਉਂਕਿ ਮੋਬਾਈਲ ਅਲਾਊਡ ਨਹੀਂ ਹੈ। ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਮੈਂ ਸਿਰਫ ਜਲੰਧਰ ਕਮਿਸ਼ਨਰੇਟ ਦੇ ਬਾਰੇ ਵਿੱਚ ਕਹਿ ਸਕਦਾ। ਲੰਬਾ ਪਿੰਡ ਦੇ ਵਿੱਚ ਇੱਕ ਜਿਹੜਾ ਹੈ ਉਹ ਸੈਂਸਿਟਿਵ ਦੱਸਿਆ ਜਾ ਰਿਹਾ ਉਸ ਜਗ੍ਹਾ ਦੇ ਉੱਤੇ ਭਾਰੀ ਲੋਕ ਜਿਹੜੇ ਨੇ ਉੱਥੇ ਪਹੁੰਚੇ ਨੇ ਤੇ ਹੱਲਾ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਆ ਤੁਹਾਨੂੰ ਪਤਾ। ਨਹੀਂ ਨਹੀਂ ਉਹ ਬਿਲਕੁਲ ਪੀਸਫੁਲ ਹੈਗਾ ਉਹ ਛੋਟੀ ਮੋਟੀ ਤਕਰਾਰਬਾਜ਼ੀ ਚੱਲਦੀ ਰਹਿੰਦੀ ਹੈ ਬਟ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਜੋ ਆਊਟ ਆਫ ਕੰਟਰੋਲ ਐਬਸੋਲੂਟਲੀ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਅੰਡਰ ਕੰਟਰੋਲ ਹੈ। ਤੁਹਾਨੂੰ ਲੋਕ ਦੀ ਸਥਿਤੀ ਬਿਹਤਰ ਹੈ ਵਧੀਆ ਬਿਲਕੁਲ ਜੀ ਬਹੁਤ ਹੀ ਬਿਹਤਰ ਹੈ ਬਹੁਤ ਹੀ ਪੀਸਫੁਲ ਤਰੀਕੇ ਨਾਲ ਇਲੈਕਸ਼ਨ ਹੋ ਗਿਆ। ਥੈਂਕ ਯੂ। ਸਰਕਾਰ ਦਾ ਜੋ ਕੰਮ ਹੈ ਉਹ ਬੋਲਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਜਿਹੜੇ 13 ਮਹੀਨੇ ਕੰਮ ਕੀਤੇ ਆ ਅੱਜ ਲੋਕ ਉਹਦੇ ਉੱਤੇ ਮੋਹਰ ਲਗਾਣੇ ਜਿਨ੍ਹਾਂ ਦੇ ਖਿਲਾਫ ਚੋਣ ਲੜੀ ਸੀਗੀ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਕਰ ਬੈਠਾ ਫੇਰ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਮੰਗਣ ਆਏ ਉਹ ਲੋਕ ਕੀ ਕਹਿ ਰਹੇ ਨੇ। ਮੈਂ ਜਿਹੜਾ ਇਲੈਕਸ਼ਨ ਲੜਿਆ ਸੀ ਉਹ ਮੈਂ ਜਿਹੜੀ ਪਾਰਟੀਆਂ ਦੇ ਖਿਲਾਫ ਲੜਿਆ ਉਹ ਜਾਂ ਥੱਲੇ ਕੰਮ ਮੈਂ ਪਾਰਟੀਆਂ ਦੇ ਖਿਲਾਫ ਇਲੈਕਸ਼ਨ ਲੜਿਆ ਸੀ ਅੱਜ ਮੈਂ ਜਿਹੜੀ ਵੋਟ ਹੈ ਉਹ ਆਪਣੀ 13 ਮਹੀਨੇ ਦੇ ਮੁੱਖ ਮੰਤਰੀ ਦੇ ਕੰਮ ਔਰ ਜਲੰਧਰ ਵੈਸੀ ਜੋ ਮੈਂ ਹਾਰ ਬਦਲੀ ਹੈ ਲੋਕਾਂ ਦੇ ਲਈ ਜੋ ਅਸੀਂ ਕੀਤੇ ਆ ਵਾਦੇ ਉਸ ਨੂੰ ਪੂਰਾ ਅੱਜ ਉਹ ਤੇ ਵੋਟ ਲੈਣ ਦੇ ਲੋਕਾਂ ਦੇ ਜਾ ਰਹੇ ਹੂੰ। ਤੁਹਾਨੂੰ ਲੱਗਦਾ ਕਿ ਲੋਕ ਇੱਕ ਵਾਰ ਫਿਰ ਤੋਂ ਫਤਵਾ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਦੇਣਗੇ ਕਿਉਂਕਿ ਇੱਕ ਸਾਲ ਦੇ ਵਿੱਚ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਇੰਨਾ ਕੁਝ ਹੋਇਆ ਉਹਨੂੰ ਲੈ ਕੇ ਵੀ ਚੀਜ਼ਾਂ ਵਿਰੋਧ ਕਰ ਰਹੇ ਨੇ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਾਂ ਜਿਹੜੇ ਲੋਕ ਵੋਟ ਪਾਉਣਾ ਚਾਹੁੰਦੇ ਆ ਜਿਹਨਾਂ ਲੋਕਾਂ ਨੇ ਵੋਟ ਪਾਉਣਾ ਨਹੀਂ ਹੈ ਇਹ ਜਿਹੜੀ ਵੋਟ ਹੈ ਪੰਜਾਬ ਦੇ ਲੋਕਾਂ ਜਲੰਧਰ ਲੋਕ ਸਭਾ ਦੇ ਬੱਚਿਆਂ ਦੇ ਭਵਿੱਖ ਦੇ ਲਈ ਵੋਟ ਹੈ ਕਿਉਂਕਿ ਇਹ ਜਿਹੜੀ ਸਰਕਾਰ ਹੈ ਲੋਕਾਂ ਦੇ ਪਰਿਵਾਰਾਂ ਦੇ ਲਈ ਕੰਮ ਕਰ ਰਹੀ ਹੈ। ਜਿਸ ਜਗ੍ਹਾ ਤੇ ਮੈਂ ਵੋਟਿੰਗ ਕਰਨਾ ਇਹ ਮੈਂ ਇੱਕ ਮੁਹੱਲੇ ਤੋਂ ਗੱਲ ਕਰਾਂ ਇਹਨਾਂ ਲੋਕਾਂ ਨੇ ਸੋਚਿਆ ਸੀ ਕਦੀ ਇਸ ਗਲੀ 'ਚ ਮੁਹੱਲਾ ਕਲੀ ਨਹੀਂ ਬਣ ਜੂਗੀ ਅੱਜ ਇਸ ਮੁਹੱਲੇ 'ਚ ਇਸ ਗਲੀ ਦੇ ਵਿੱਚ ਮੁਹੱਲਾ ਕਲੀ ਨਹੀਂ ਗਿਆ ਇੱਦਾਂ ਦੀ ਜਿਹੜੀ ਚੀਜ਼ਾਂ ਲੋਕਾਂ ਨੇ ਕਦੀ ਸੋਚੀਆਂ ਨਹੀਂ ਸੀ। ਮੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 13 ਮਹੀਨੇ ਦੇ ਕੰਮ ਦੇ ਵਿੱਚ ਜੋ ਜਲੰਧਰ ਲੋਕ ਸਭਾ ਦੀ ਨੁਹਾਰ ਬਦਲੀ ਹੈ ਅੱਜ ਦੀ ਜਿਹੜੀ ਵੋਟਿੰਗ ਹੈ ਉਹਦੇ ਉੱਤੇ ਪਾਣ ਜਾ ਰਹੇ ਹਾਂ ਅਤੇ ਮੈਂ ਅਪੀਲ ਕਰਾਂਗਾ ਵੋਟਰ ਨੂੰ ਕਿ ਤੁਹਾਡਾ ਜਿੱਥੇ ਤੁਸੀਂ ਇੰਨੇ ਦਿਨਾਂ ਤੋਂ ਸਾਡੀ ਸਪੋਰਟ ਕੀਤੀ ਸਾਡੇ ਨਾਲ ਕੰਮ ਕੀਤਾ ਅੱਜ ਆਪਣੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਵੋਟ ਪਵਾ ਕੇ ਆਪਣੇ ਕੰਮਾਂ ਦੇ ਉੱਤੇ ਮੋਹਰ ਮੁੱਖ ਮੰਤਰੀਆਂ ਨੂੰ ਆਉਣਾ ਪਿਆ ਮੈਦਾਨ ਦੇ ਵਿੱਚ ਤੁਹਾਨੂੰ ਲੱਗਦਾ ਸੀ ਕਿਤੇ ਨਾ ਕੋਈ ਕਮੀ ਸੀਗੀ ਜਿਹੜੀ ਲੋਕਲ ਲੀਡਰ ਦੀ ਇਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੈ ਦੋਨੋਂ ਇਹ ਆਮ ਲੋਕਾਂ ਨਾਲ ਜੁੜੇ ਆ ਉਹ ਜਿਹੜੇ ਲੋਕ ਹੰਕਾਰੀ ਸੀ ਜਿਹੜੇ ਲੋਕ ਸਮਝਦੇ ਆ ਆਪਣੇ ਕਾਰਜਕਰਤਾ ਦੀ ਵੈਲਿਊ ਨਹੀਂ ਸਮਝਦੇ ਉਹ ਲੋਕ ਆਪਣੇ ਕਾਰਜਕਰਤਾ ਦੇ ਪਿੱਛੇ ਵੋਟ ਮੰਗਣ ਵੀ ਨਹੀਂ ਆਏ ਜਿਹੜੇ ਲੋਕ ਵੱਡੀਆਂ ਵੱਡੀਆਂ ਸਿਆਸਤ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠ ਕੇ ਜਿਹਨਾਂ ਲੋਕਾਂ ਨੇ ਸੱਤਾ ਦੇ ਵਿੱਚ ਨਜ਼ਾਰੇ ਲਏ ਉਹਨਾਂ ਲੋਕਾਂ ਨੂੰ ਇਸ ਲੋਕ ਸਭਾ ਸੀਟ ਦੀ ਕੋਈ ਪਰਵਾਹ ਨਹੀਂ ਪਰ ਸਾਨੂੰ ਇੱਕ ਇੱਕ ਚੀਜ਼ ਦੀ ਇੱਕ ਇੱਕ ਵੋਟਰ ਦੀ ਚਿੰਤਾ ਹੈ ਸਾਨੂੰ ਇਹ ਸੀਟ ਦੇ ਲਈ ਸਾਡੀ ਜਿਹੜੀ ਇਹ ਲੋਕ ਸਭਾ ਦੀ ਸੀਟ ਹੈ ਸਾਡੇ ਲਈ ਬਹੁਤ ਮਾਇਨੇ ਰੱਖਦੀ। ਸ਼ੀਤਲ ਦੀ ਵੋਟ ਕਿਹਨੂੰ ਹੈ ਜੀ ਤੁਹਾਡੀ ਵੋਟ ਸ਼ੀਤਲ ਅੰਗਰਾਲ ਦੀ ਵੋਟ ਕਿਹਨੂੰ ਹੈ ਸ਼ੀਤਲ ਅੰਗਰਾਲ ਦੀ ਵੋਟ ਕਿੱਧਰ ਨੂੰ ਪਾਏਗੀ ਹੁਣ ਹਾਂਜੀ 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 ਲੋ ਲੋ ਮੇਰੇ ਕਾਂਗਰਸ ਤੋਂ ਨਹੀਂ ਆਏ ਉਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੀਤੀਆਂ ਦੇਖਿਆ ਜੀ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੀਤੀਆਂ ਜਿਹੜੀਆਂ 13 ਮਹੀਨੇ ਦੇ ਕੰਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਬਾਈ ਥੱਲੇ ਥੋੜਾ ਉਹਨੂੰ ਦੇਖ ਕੇ ਆਏ ਆ ਉਹ ਕੀਤੇ ਕਾਂਗਰਸ ਤੋਂ ਨਹੀਂ ਆਏ ਕਿਉਂਕਿ ਉਹਨਾਂ ਨੇ ਦੇਖਿਆ ਕਿਹੜੀ ਸਰਕਾਰ ਕਿਹੜੇ ਲੋਕ ਜਿਹੜਾ ਪੰਜਾਬ ਦਾ ਭਲਾ ਕਰ ਸਕਦੇ ਆ ਉਹ ਆਮ ਆਦਮੀ ਪਾਰਟੀ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼ੀਤਲ ਅੰਗਰਾਲ ਦੀ ਵੋਟ ਕਿਹਨੂੰ ਹੈ ਰਿੰਕੂ ਨੂੰ ਹੈ ਮੇਰੀ ਵੋਟ ਮੇਰੀ ਜਿਹੜੀ ਵੋਟ ਹੈ ਜਲੰਧਰ ਲੋਕ ਸਭਾ ਦੇ ਵਿਕਾਸ ਦੇ ਲਈ ਮੇਰੀ ਜਿਹੜੀ ਵੋਟ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਲਈ ਮੇਰੀ ਵੋਟ ਜਲੰਧਰ ਲੋਕ ਸਭਾ ਦੀ ਰੈਂਡਮਾਈ ਕਰਨ ਦੇ ਲਈ 13 ਤਰੀਕ ਨੂੰ ਸੁਨੀਲ ਕੁਮਾਰ ਰਿੰਕੂ ਲੋਕ ਸਭਾ 'ਚ ਪਹੁੰਚੇਗਾ ਤੇ ਉਹ ਵੋਟ ਉਹਰੇ ਠੀਕ ਸਰ ਇਲੈਕਸ਼ਨ ਦਾ ਦਿਨ ਹੈ ਜੀ ਵੋਟ ਪਾਉਣ ਜਾ ਰਹੇ ਹਾਂ ਔਰ ਬੜੀ ਅੱਛੀ ਕੰਪੇਨ ਰਹੀ ਹੈ ਸਭ ਜਾਣਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਬੜਾ ਅੱਛਾ ਇੱਕ ਸਾਰੇ ਵਰਕਰਾਂ ਦਾ ਬਹੁਤ ਅੱਛਾ ਕੰਮ ਰਿਹਾ ਹੈ ਸਾਰੇ ਕੰਸਟੀਟੂਐਂਸੀ ਵਿੱਚ ਔਰ ਮੈਂ ਉਮੀਦ ਕਰਦਾ ਹਾਂ ਬਹੁਤ ਅੱਛਾ ਰਿਜ਼ਲਟ ਆਏਗਾ।
लोकतांत्रिक पर्व है और सारे लोग इतने वोट पा रहे हैं। इसी वजह से हम ये पहुँचे हैं पहले उम्मीद करना, मैं सब लोग विशेष दूंगा लेकिन पूरी उम्मीद करना कि भारतीय जनता पार्टी में अच्छा है। यही लोकतंत्र दे विच भारत दे संविधान अनुसार जिहड़ा सानू वोट दा हक मिलिया कि असी अपनी अपना MLA अपना MP जिहड़ा है अपना सरपंच सरपंच इस वोट दे नाल चुन सकदे आ। लोग अपने अपनी सरकार आप चुन सकदे आ, उस वोट दा अधिकार सानू सारिआं नू करना चाहीदा। ये वोट दे अधिकार दे नाल ही असी जिहड़ा है अपनी मर्जी की सरकार बना सकते हैं। असं वोट पा के वोट पाँच मुद्दे की ने हलका शाहकोट शाहकोट के मुद्दे जोड़े है सब तो व्डा असी जरा लंबे समय तो इस मुद्दे उभारते आए हैं। हम भी सारिया पोलीटल पार्टियां मूहरे भी रखिया, सरकार मूहरे भी रखिया, मुख्यमंत्री तिकर भी रख्या, सारे जिन्हें भी साढ़े को आए सारू कि शाहकोट इलाका दो बन तो मार चल रहा है। एक तो बुढ़े दरिया का जोड़ा गंदा पानी है वो शाह फलोर तो लैके नकोदर शाहकोट लोहिया तकर पार कर रहा, दूसरी चिट्टी बई जी है वो प्रदूषित पानी वो आ रहा। तो दुआबा जोड़े हैगी पानी मुकते जा रहे, पानी सुकते जा रहे, तो साड़ी कोशिश सरकार मूहरे प्रशासन मूहरे पोलीटल पार्टियां मूहरे रही है कि दुआबे जे जरा है पानी स्थिर रखना, तो इन चिट्टी बई दे भी पानी छड़िया जाए जोड़ा कि वह उद्घाटन हो गया। इस तरह काला सिंह ड्रेन के 300 क्यूसक पानी छड़न वास्ते सरकार ने वादा किया। तो ये जी एनवायरमेंट की समस्या को मुख्य रूप में उभारिया गया। एक वन के उत्ते रस्ता बनने वाला जोड़ा लोहिया तो वह भी असी जोड़ा है प्रमुखता के नाल उभारिया। वन के हेठा मिट्टी रुकी हुई है जिसे करके हड़ आते हैं, ये मुद्दा भी असं प्रमुखता के नाल उभारिया। वोटर का रुझान दिसदा है इतने जो देखना हो सारे पिंडां दे विच एक सारे वालों जो आवाज़ आ रही है सारे पिंडां तो वह है कि एक धनवादी वोट जी है सीचेवाल ते अलग सारे पिंडां दे विच पा रहे, क्योंकि मैंबर राज्यसभा जिहड़ा है सानू आप आदमी पार्टी ने बनाया, सो किसी वोटों के नाल नहीं, तो एक मौका दिता। इस करके लोगों के मन में भावना है कि आप जिन्होंने जोड़ा है बिना जोड़ा है किसी पोलीटिकल पार्ट लोगों अगे लाने की बजाय एक पर्यावरण को तरजीह दी है, तो इस करके ज़्यादा लोग जोड़े है वोट जोड़ा है सरकार पक्षी पा रहे। बेशक सारे जिदा दावा करेंगे नतीजा तो अपन 13 तारीख को ही मिलेगा। हाँ अज सारा जलंधर जिला जो है अपने जो यूज कर चौधरी साहब के जाने तो बाद चौधरी साहब की कमी जी महसूस ना हो गल जुड़न गए। बेशक चौधरी साहब की जी कमी है परिवार नू और पार्टी नू बहुत ज्यादा है, लेकिन मैं अगे भी कह चुकी हाँ कि सानू ये जिहड़ा स्नेह प्यार और जिहड़ी सपोर्ट है वो सानू करीब करीब 97 वरे हो चुके हैं, ते उन्हां दा ये जिहड़ा निघा प्यार और सानू जिहड़ा सपोर्ट है ये इन्ने चिर तों मिलदी आई है और उस तरह अज भी मैं महसूस कर रही हूँ मैनू मिल रही है और साडे परिवार नू जलंधर वासी अपना भरपूर सपोर्ट दे रहे हैं ਟੈਂਡਰ ਪੁਆਇੰਟ
ਫੀਲਿੰਗ ਹੈਗੀ ਕਿ ਕੁਝ ਕਰਨਗੇ ਭਾਜੀ ਜਿਹੜੀ ਵੋਟਾਂ ਦੀ ਗਿਣਤੀ ਵੋਟਾਂ ਦੀ ਗਿਣਤੀ ਬਹੁਤ ਘੱਟ ਪਈ ਹੈ ਲੋਕਾਂ ਨੂੰ ਕੀ ਅਪੀਲ ਕਰੋਗੇ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਅਨੇਕਾਂ ਮੁੱਦੇ ਨੇ ਜੀ ਇਸ ਵਕਤ ਪੂਰੀ ਡਿਟੇਲਸ ਲੈਣ ਚ ਮੈਂ ਨਹੀਂ ਦੇ ਪਾਵਾਂ ਵੋਟ ਸਿਰਫ 5% ਪੋਲ ਜਿਹੜੀ ਖਾਸ ਤੌਰ ਤੇ ਜਿਹੜੀਆਂ ਮੈਂ ਮਹਿਲਾ ਹਾਂ ਔਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇੱਕ ਮਹਿਲਾ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਟਿਕਟ ਦਿੱਤੀ ਹੈ ਜਿਹਦੀ ਮੈਂ ਧੰਨਵਾਦ ਵੀ ਹੈ ਧੰਨਵਾਦੀ ਵੀ ਹੈ ਔਰ ਮੈਂ ਧੰਨਵਾਦੀ ਹਾਂ ਆਪਣੀ ਮਹਿਲਾ ਵੋਟਰਸ ਦੀ ਵੀ ਔਰ ਮੇਰਾ ਪ੍ਰਾਇਓਰਿਟੀ ਜਿਹੜੀ ਐਜੂਕੇਸ਼ਨ ਹੈ ਔਰ ਰਹੇਗੀ ਲੇਕਿਨ ਮੇਰੀ ਮਹਿਲਾਵਾਂ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹ ਹੋਰ ਵੀ 4 ਗੁਣੇ ਵੱਧ ਕੇ ਹੋਏਗੀ ਜਿਹਨੂੰ ਮੈਂ ਨਿਭਾਉਣ ਦੀ ਬਹੁਤ ਹੀ ਵਧੀਆ ਮਾਹੌਲ ਹੈ ਔਰ ਵੋਟ ਬੀਜੇਪੀ ਨੂੰ ਬਹੁਤ ਵੱਡੇ ਤਰੀਕੇ 'ਚ ਪੈ ਰਹੀ ਹੈ ਔਰ ਸਾਡੇ ਸਾਰੇ ਕਾਰਜਕਰਤਾ ਆਪਣੇ ਟੇਬਲਾਂ 'ਤੇ ਬੈਠੇ ਆ ਔਰ ਵੋਟਾਂ ਵੀ ਕਢਾ ਰਹੇ ਆ ਔਰ ਸ਼ਾਮ ਤੱਕ ਵਧੀਆ ਸਾਨੂੰ ਰਿਪੋਰਟ ਮਿਲੇਗੀ ਮੈਂ ਕਿਹਾ ਅੰਡਰ ਕਰੰਟ ਵੋਟ ਪੈ ਰਹੀ ਭਾਜਪਾ ਦੀ ਅੰਡਰ ਕਰੰਟ ਵੋਟ ਪੈ ਰਹੀ ਜਿਸ ਬੰਦੇ ਨੂੰ ਮਿਲੋ ਇਹ ਕਹਿੰਦਾ ਭਾਜਪਾ ਨੂੰ ਵੋਟ ਪਾ ਕੇ ਆਇਆ ਮੋਦੀ ਸਾਨੂੰ ਵੋਟ ਪਾ ਕੇ ਆਇਆ ਇਸ ਕਰਕੇ ਬਹੁਤ ਹੀ ਵਧੀਆ ਵਾਤਾਵਰਨ ਹੈ ਔਰ ਸਾਨੂੰ ਪੂਰੀ ਉਮੀਦ ਹੈ ਵੀ 13 ਨੂੰ ਜਿਹੜਾ ਰਿਜ਼ਲਟ ਆ ਇੱਕ ਇਤਿਹਾਸਿਕ ਹੋਏਗਾ ਔਰ ਪੰਜਾਬ ਦੀ ਜਿਹੜੀ ਹੈ ਮਿਆਰ ਬਦਲੇਗੀ ਔਰ ਭਾਜਪਾ ਦਾ ਦੇਖੋ ਜੀ ਕਾਰਜਕਰਤਾ 'ਚ ਬੜਾ ਜੋਸ਼ ਹੈ ਜੀ ਮੈਂ ਸਾਰੇ ਬੂਥਾਂ 'ਚ ਜਾ ਕੇ ਆਇਆ ਮੈਂ ਕਾਰਜਕਰਤਾ 'ਚ ਬੜੇ ਜੋਸ਼ ਨਾਲ ਔਰ ਲਗਨ ਨਾਲ ਕੰਮ ਕਰ ਰਿਹਾ ਇਮਾਨਦਾਰ ਨਾਲ ਕੰਮ ਕਰ ਰਿਹਾ ਮੈਂ ਔਰ ਸਾਨੂੰ ਪੂਰੀ ਆਸ ਆ ਕਿ ਅਸੀਂ ਕਾਰਜਕਰਤਾ ਨੇ ਇਹ ਗੱਲ ਕਹੀ ਹੈ ਪਰਸੈਂਟੇਜ ਵੋਟ ਵਧਾਉਣੀ ਹੈ ਮੈਕਸੀਮਮ ਪੋਲਿੰਗ ਹੋਵੇ ਸਾਡੇ ਸ਼ਹਿਰ ਦੇ ਵਿੱਚ ਠੀਕ ਹੈ ਨਾ ਉਸ ਕਰਕੇ ਵੀ ਆਪਾਂ ਸਾਡੇ ਕਾਰਜਕਰਤਾ ਇਮਾਨਦਾਰੀ ਦੇ ਨਾਲ ਸਾਰਾ ਕੰਮ ਕਰਦੇ ਪੈ ਗਏ ਆ ਔਰ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ 13 ਤਰੀਕ ਨੂੰ ਇੱਕ ਇਤਿਹਾਸ ਬਣੇਗਾ ਪੰਜਾਬ ਦੀ ਜਿਹੜੀ ਰਾਜਨੀਤੀ ਉਹ ਬਦਲੇਗੀ 24 ਦੀ ਨੀਂਹ ਰੱਖੀ ਜਾਏਗੀ ਔਰ 27 ਦੀ ਨੀਂਹ ਰੱਖੀ ਜਾਏਗੀ ਪਰ ਦੇਖਿਆ ਜਾ ਰਿਹਾ ਸਵੇਰ ਦੇ ਲੋਕ ਜਿਹੜੇ ਨੇ ਵੋਟਿੰਗ ਕਰਨ ਘੱਟ ਆ ਰਹੇ ਨੇ ਨਹੀਂ ਜੀ ਵੋਟਿੰਗ ਹੋ ਗਈ ਹੈ ਜੀ ਵੋਟਿੰਗ ਬੜੀ ਹੋ ਰਹੀ ਹੈ ਜੀ ਸਭ ਜਗ੍ਹਾ ਵੋਟਿੰਗ ਹੋ ਰਹੀ ਲੋਕਾਂ ਦੇ ਮਨ 'ਚ ਚਾਹ ਗਾ ਵੈ ਲੋਕਾਂ ਦੇ ਮਨ 'ਚ ਉਮੰਗ ਹੈਗੀ ਹੈ ਉਤਸ਼ਾਹ ਵਾ ਲੋਕਾਂ ਦੇ ਮਨ ਦੇ ਵਿੱਚ ਕਈ ਜਗ੍ਹਾ ਦੇਖੋ ਨਾ ਹੋ ਸਕਦਾ ਹੈਗਾ ਲੇਕਿਨ ਹਲੇ ਟਾਈਮ ਬਹੁਤ ਪਿੱਛੇ ਵੱਧ ਕਰ ਪੋਲਿੰਗ ਹੋਣੀ ਹੈ ਉਹ ਲੋਕਾਂ ਨੂੰ ਮੋਦੀ ਸਾਹਿਬ ਨਾਲ ਪਿਆਰ ਆ ਉਹ ਲੋਕ ਮੋਦੀ ਸਾਹਿਬ ਕਰਕੇ ਭਾਜਪਾ ਨੂੰ ਵੋਟ ਪਾ ਰਹੇ ਹੈਗੇ ਆ ਔਰ ਸਾਨੂੰ ਪੂਰੀ ਉਮੀਦ ਆ ਅਸੀਂ ਵੀ ਇਸ ਵਾਰੀ 13 ਤਰੀਕ ਨੂੰ ਅਸੀਂ ਤੁਹਾਡੇ ਨਾਲ ਭੰਗੜੇ ਪਾਵਾਂਗੇ ਆਪ ਤੀਜੇ ਨੰਬਰ 'ਤੇ ਆ ਰਹੀ ਹੈ ਜੀ ਆਪ ਤੀਜੇ ਨੰਬਰ 'ਤੇ ਆ ਰਹੀ ਆ ਉਹਨਾਂ ਦੀ ਬਖਲਾਹਟ ਹੈ ਬਲੀ ਇਹ ਦੇਖੋ ਤੁਹਾਡਾ ਆਪਣਾ ਫੰਡਾਮੈਂਟਲ ਰਾਈਟ ਹੈ ਵੋਟ ਪਾਉਣ ਦਾ ਕਿਸੇ ਨੂੰ ਧਮਕਾ ਕੇ ਆਪਾਂ ਵੋਟ ਨਹੀਂ ਪਾ ਸਕਦੇ ਇਸ ਕਰਕੇ ਜਿਹੜੀ ਇਹ ਉਹਨਾਂ ਦੀ ਨਾ ਇਹ ਉਹਨਾਂ ਦੀ ਘਬਰਾਹਟ ਹੈ ਬਖਲਾਹਟ ਹੈਗੀ ਹੈ ਜਿਹੜੀ ਆਮ ਆਦਮੀ ਪਾਰਟੀ ਇੱਦਾਂ ਦੀ ਗੱਲਾਂ ਕਰਦੇ ਵੀ ਕਿਸੇ ਨੂੰ ਪਰਚਾ ਪਾ ਦੇਣਾ ਜਾਂ ਕਿਸੇ ਨੂੰ ਧਮਕਾ ਦੇਣਾ ਇਹ ਡੈਮੋਕ੍ਰੇਸੀ ਦੀ ਬਹੁਤ ਹਾਨੀ ਕਰਕੇ ਆਪ ਦੇ MLA ਨੂੰ ਵੀ ਕਹਿੰਦੇ ਕਿ ਇੱਥੇ ਸ਼ਾਹ ਕੋਟ ਜਿਹੜੇ ਥਾਣੇ 'ਚ ਹੁਣ ਰੱਖਿਆ ਗਿਆ ਹੈ ਉਹ ਤਾਂ ਹੋਣਾ ਹੀ ਹੈ ਫਿਰ ਉਹਨਾਂ ਜਿਹੜੀ ਚੀਜ਼ ਗਲਤ ਕੰਮ ਕਰੂਗਾ ਕੋਈ ਵੀ ਜਿਹੜਾ ਉਹ ਤਾਂ ਭਾਜੀ ਮਾਈਕ ਵਾਲੇ ਇੱਧਰ ਆ ਜਾਓ ਕੈਮਰਾਮੈਨ ਇੱਧਰ ਹੋ ਜਾਓ ਕਰੀਏ ਜੀ ਹਾਂਜੀ ਸਰ ਥਲਵਾਲ ਸਾਹਿਬ ਅੱਜ ਜਿਹੜਾ ਫਰੇਮ ਬਣਾ ਲਿਆ ਗਿਆ ਚੱਲ ਰਿਹਾ ਲੜਾਈ ਨਾਲ ਸੁਰੱਖਿਆ ਪ੍ਰਬੰਧਾਂ ਤੋਂ ਕਿੰਨੇ ਸੰਤੁਸ਼ਟ ਹੈਗੇ ਹੋ ਸੋ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜਿਹੜੇ ਹਜੇ ਤੱਕ ਕੰਮ ਨਹੀਂ ਹੋਏ ਫੇਸ ਪਲਾਨ ਦੇ ਜਿਹੜੇ ਅੱਜ ਦੇ ਚੋਣ ਦੇ ਸੁਰੱਖਿਆ ਮਹਿਮ ਦੀ ਗੱਲ ਹੈ ਸੁਰੱਖਿਆ ਵਿਵਸਥਾ ਦੀ ਗੱਲ ਹੈ ਅੱਜ ਇੱਥੇ ਬਾਹਰਲੇ ਜਿਹੜੇ ਸੂਬਿਆਂ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਜਿਹੜੀ ਮੌਜੂਦਾ ਆਮ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਜਿਹੜੇ ਬਹੁਤ ਲੀਡਰਸ਼ਿਪ ਜਿਹੜੀ ਇੱਥੇ ਸ਼ਰੇਆਮ ਤੁਰੀ ਫਿਰਦੀ ਹੈ ਵਲੰਟੀਅਰ ਤੁਰੇ ਫਿਰਦੇ ਆ ਇਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰਾਂਗੇ ਆਲਰੇਡੀ ਸਾਡੀ ਗੱਲ ਵੀ ਹੋਈ ਹੈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂ ਕਿਰਪਾ ਕਰਕੇ ਜਿਹੜੇ ਬਾਹਰੋਂ ਆਏ ਹੋਏ ਲੀਡਰਸ਼ਿਪ ਹੈ ਚੇਅਰਮੈਨ ਆਏ ਹੋਏ ਆ MLA ਆਏ ਹੋਏ ਮੰਤਰੀ ਆਏ ਹੋਏ ਉਹਨਾਂ ਨੂੰ ਕਿਰਪਾ ਕਰਕੇ 1 ਮਿੰਟ ਤੋਂ ਪਹਿਲਾਂ ਇੱਥੋਂ ਬਾਹਰ ਕੱਢਣਾ ਚਾਹੀਦਾ ਔਰ ਜੋ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਹਲਕੇ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਸੀਂ ਦੇਖਿਆ ਲਾਟੋਵਾਲ ਟੋਲ ਪਲਾਜ਼ਾ ਤੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਸੀਗੀਆਂ ਟੈਕਸੀ ਜ਼ਿਆਦਾ ਯੂਜ਼ ਲੱਗਦਾ ਵੀ ਟੈਕਸੀਆਂ ਯੂਜ਼ ਕੀਤੀਆਂ ਗਈਆਂ ਨੇ ਉਹ ਸਾਰੀਆਂ ਕੈਂਡੀਡੇਟ ਦੇ ਖਰਚੇ 'ਚ ਪਾਉਣੀਆਂ ਚਾਹੀਦੀਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਕਾਊਂਟੇਬਿਲਟੀ ਕਰਨੀ ਚਾਹੀਦੀ ਹੈ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨਾ ਚਾਹੀਦਾ ਔਰ ਕਾਰਵਾਈ ਕਰਨੀ ਚਾਹੀਦੀ ਹੈ ਜਿੱਦਾਂ ਕਿ ਕੁਝ ਬੂਥਾਂ ਦੇ ਉੱਪਰ ਮੈਂ ਇਹ ਵੀ ਦੇਖਿਆ ਕਿ ਲੋਕ ਉੱਥੇ ਮੈਂ DSP 1-2 ਜਿਹੜੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਜਿਹੜੇ ਕਿ ਸ਼ਰੇਆਮ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਦੇਖੇ ਗਏ ਆ ਔਰ ਜਿਹੜੇ ਬਹੁਤ ਵੱਡੇ ਪੱਧਰ ਦੇ ਪੰਜਾਬ ਸਰਕਾਰ ਦੇ ਚੇਅਰਮੈਨ ਜਿਹੜੇ ਆ ਅਤੇ ਅਹੁਦੇਦਾਰ ਹੈ ਉਹ ਵੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਇੱਥੇ ਫਲੋਰ ਦੇ ਵਿੱਚ ਹੀ ਫੜੇ ਗਏ ਆ ਸੋ ਮੈਂ ਬੇਨਤੀ ਕਰਾਂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਕਿ ਉਹ ਸਖਤੀ ਦੇ ਨਾਲ ਕਾਰਵਾਈ ਕਰਨ ਜਿਹੜਾ ਵੀ ਵਿਅਕਤੀ ਚਾਹੇ ਸਾਡੀ ਪਾਰਟੀ ਦਾ ਹੋਵੇ ਜਾਂ ਕਿਸੇ ਪਾਰਟੀ ਦਾ ਹੋਵੇ ਜਿਹੜਾ ਕੋਈ ਬਾਹਰੋਂ ਆਇਆ ਹੋਇਆ ਲੀਡਰ ਹੈ
जो कानून के मुताबिक इलैक्शन कमीशन की हदायतों मुताबिक इतने नहीं रहना चाहिए उन्होंने तुरंत इतों बाहर कड़ना चाहिए और लोगों को एक साफ सुथरी फेयर जी इलैक्शन होने का मौका देना चाहिए। यह तो सरकार का अपना काम है जी, सरकार ने वेखना, वो पार्टी है, राजनीतिक पार्टी है, लेकिन उन्होंने काम परसों सारिया पार्टियां ने किया, परसों तक सारे इतने बैठे हुए थे, किसी को इतराज नहीं सी। लेकिन जो इलैक्शन कमीशन की हदायत है कि इलैक्शन कमीशन की हदायतों मुताबिक अज चोण के प्रक्रिया के कोई बाहरला व्यक्ति इतने नहीं होना चाहिए, बाहरली लीडरशिप नहीं होनी चाहिए। इतने बाहरले जिले तो गड्डिया भी तुरी फिर बाहरले जिले तो लीडरशिप भी तुरी फिर है तो लोगों को शर्म ओपन डरते धमका भी फिरते पे है। ये सरकार का तक्का जिन्ना मर्जी कर लैन, लोग डरन वाले नहीं, लोग घबराने वाले नहीं, लोग अपनी इच्छा शक्ति दे नाल मूँह तोड़वा जवाब देंगे मौजूदा सरकार को भी। लाडी शेरों वाली एक सवाल कर रहे हैं, वो कह रहे हैं कि कई सारे लोग आम आदमी पार्टी के वॉलंटियर अंदर जा रहे हैं, पोलिंग बूथों से गड़बड़ी कर रहे हैं, उत्ते आरोप ला रहे हैं शाहकोट असैम्बली हल्के दे जेडे आम पार्टी ने इंचार्ज जिन्होंने बनाया होया थापिया होया वो तो खुद आप पीओ करार दिते हुए है। असी लगातार ही पिछले तीन दिनों पुलिस डिपार्टमेंट को बेनती कर रहे हैं, इस बार सारी दुनिया सानू आशीर्वाद दे रही है, पहली बार कंबल का फुल पिंड च गया, पहली बार कंबल का फुल सारी थान पर पहुंचे है, तो पहली बार असी जी इलैक्शन लड़न लगे हैं, लाइन तो भावें इलैक्शन सारिया असी जताइया अगे, क्योंकि लाइन से श्रोमणी अकाली दल तो भारतीय जनता पार्टी का अज कल्ले तौर पर लड़ के निपुण रहेंगे, आने वाले समय धैया कैंप करांगे तो भारतीय जनता पार्टी को जितावे। मैं अपील करदा सारे किसान वीरां नूं, सिख वीरां नूं, परिवारों नूं, जिवें गुरद्वारे च भारतीय जनता पार्टी को एक ही लोगों ने सन्मानित करके आशीर्वाद दिता है, सारी संगत का आशीर्वाद बहुत वड्डा मिले। ये जलंधर जिमनी चोन बाई इलैक्शन का अज वोटिंग हो रही है, मिठापुर प्रायमरी स्कूल मेरा जद्दी पिंड है, मेरी वोट इत्थे है, मेरी और मेरी वाइफ की, साढ़े सारे परिवार की, असी अपनी वोट जी पा के आए हैं और बड़ा स्मूथली जरा इतने वोटिंग जी चल रही है। गर्मी होने करके लोगों का थोड़ा जहा हले उत्साह घट है, मैं समझदा कि जिदा जिदा मौसम बदलेगा लोग अपनी वोट का जरा इस्तेमाल करे, और जलंधर पार्लीमेंट बड़ी एक अहम इलैक्शन है और ये मैं समझदा कि जोड़े जिन्हें भी वोटर जोड़े अच्छे वोट पागे वो एक नवे तरीके की जी वोट का जोड़ा सिस्टम होएगा, क्योंकि ये 2024 का ट्रेंड जोड़ा सैट करेगा। तो मैं अज के इस दिन के उत्ते सारे वोटर यही अपील करना कि वो बद अपनी वोट का जोड़ा इस्तेमाल किया जाए। बिल्कुल मारेगी भारतीय जनता पार्टी जी इतो भारी मुहबत जितन गए, क्योंकि जित तक सवाल कड़ दिया कोई वक्त से 1947 तो बाद कांग्रेस का एक छत्र शासन होंदा सीगा, केंद्र प्रदेश पंचायत तक शासन होंदा सीगा, हुण तुहानूं वेखण नहीं मिलता। लोग अज कांग्रेस को चैक कर चुके हैं, कांग्रेस एक डुबदा जहाज हैगा, हुण तां तुसीं दसो विपक्ष का भी नेता जिहड़ा हैगा उहदी बनन की क्वालिफिकेशन भी नहीं हैगी लोक सभा दे विच। सो सनाते मैनूं आस नहीं, पूर्ण विश्वास है कि जलंधर के लोग जिहड़े हैगे आ उह भारतीय जनता पार्टी दे उम्मीदवार चुणनगे और मोदी साहब की पिट थपथपाणगे, क्योंकि उन्होंने जो पंजाब के काम किए है वह भी जोड़े है इतिहासिक है और बहुत बड़े कार एक मील पत्थर है। बिल्कुल लिता जाएगा, 850 करोड़। सवाल यह है कि भी इतने उदो 9 साल तुम कही है कि भी कांग्रेस के मैंबर पार्लीमेंट रहे, कारपोरेशन जी हैगी है वो कांग्रेस ही रही है, 850 करोड़ लगा कितने आ। जो मैं कह कि मैं गल मैं अपने से करा कि मैं जो ईश्वर ने मौका दिता, ठीक है, बतौर मंत्री तौर पर तुम ये देखो कि भी सिविल हस्पताल का जीर्णोद्धार किया, 2 फ्लाईओवर बनाए, खालसा कॉलेज BMC चौंक, 2 नर्सिंग कॉलेज बनाए, अपना जरा खालसा कॉलेज दिता, एक HME कॉलेज दिता है। सो इस तरह जोड़ा है कि भी 10 करोड़ रुपया दिता से सेंट्रल वर्ड बनी है, 100 करोड़ रुपया जलंधर के कारपोरेशन दिता और जो पैसा इन्ना सगा सारिया गलिया पूरे शहर की कारपेटिंग हुई है तो भी क्या नहीं सगा, हूँ 850 करोड़ गया कितने आ, यदि जाँच तो होनी चाहिए। सब तो पहला जलंधर वाल प्यार भरी सत श्रीकाल और अज बहुत वाला त्यौहार है डेमोक्रेसी का। सो सब के अगे यही अपील है कि जेड़ा बाबा साहब जी ने सानू वोट का अधिकार दिता जरूर उनका इस्तेमाल कर और अपनी वोट जरूर पा के आन, और इस दे नाल ही
बहुत उत्साह लग रहा लोगों और जिदा का लोगों ने 22 च बदलाव लिया सो इस बारी भी जो उप चुनाव है इन्हें भी बदलाव जरूर आएगा माहौल तो देख के यही लग रहा कि सुशील कुमार रिंकू ही जितने आप ही जिता गए जलंधर शहर की डिवेलपमेंट होनी चाहिए और शिक्षा कोई वधिया जिहा कॉलेज या कोई मेडिकल कॉलेज खुलना चाहिए और क्योंकि मेडिकल फीस लोग भर नहीं पाते सो लोगों ने मैं यह डिमांड की है कि साढ़े बच्चे डॉक्टर बनना चाहते हैं पढ़ना चाहते हैं सो सुशील कुमार रिंकू जी अगर यही आप अपील भी करा कि जो एम पी बन जाते हैं तो इस बार जरूर ध्यान देन जलंधर की डिवेलपमेंट कॉलेज और पिम्स वर्गे हॉस्पिटल जलंधर च बनन लगातार प्रचार दे विच चल रहे हो महिलाओं दे नाल भी तुसी डायरेक्ट رابطہ रखा महिलाओं दा रिस्पांस किहो जिहा सी बहुत वधिया प्यार दित्ता महिलाओं ने जे मैं जलंधर शहर दी गल करा अपने सारे क्योंकि सारे सुशील कुमार रिंकू जी नूं बेहतर ढंग नाल जानदे सी और लोगों लिए अपना नवे ने नहीं सी सो पिंड च भी गई हाँ पिंड च भी थोड़ा जहा डर सी कि शायद अपना नवे आ क्लास चेंज की है तो लोग शायद एक्सैप्ट नहीं करेंगे और पर नहीं इतना कुछ नहीं लगा लोगों ने बहुत मान सत्कार दिता है क्योंकि लोग सुशील कुमार रिंकू की वर्किंग जानते हैं और इस करके लग रहा है कि लोग सुशील कुमार रिंकू का साथ देंगे आम आदमी पार्टी में जरूर जिता नंबर एक तो ही आवांगे क्योंकि मेहनत की है और इंटेलिजेंट भी स्टूडेंट हाँ तो फर्स्ट ही आवांगे डर नहीं है क्योंकि पहले सी जो मैं पोलिंग बूथ अंदर बड़ी तो मैं लग रहा है कि लोगों च उत्साह घट क्योंकि वोटर जो साइलेंट है ना मैं लगता है कि शायद वोटिंग जो सवेरे जावे इन्ना माहौल इन्ना भीड़ नहीं होएगी पर जो एंटर किया तो लोगों के चेहरे दस रहे हैं लोग उत्साहित ने तो लोग चेंज करन मुकाबला फिलहाल किसी नाल भी सुशील कुमार रिंकू का अपने नाल ही मुकाबला है अपने किए हुए काम गिनाए ने ते लोगों की उम्मीदा जगाईया ने कि आप काम करांगे सो हजार हजार मैं भी हाँ जी हाँ जी मैंने महिलावां ने भी कहा कि हजार हजार रुपया क्योंकि असी जाके अपने भाषण च कहा कि मान साहब ने जो गरंटियां चुकियां से पूरी हो रही और महिलावां ने कहा कि छोटी बाकी जो बेचारे सवेरे गरीब लोग चलते दिहाड़ीदार है अद्धे मिल जाता काम अद्धे फिर रोटी लैके घर आए थे खाली बिना काम के उन्हों का कोई इंतजाम होना चाहिए गा जिन्हों दोटा अं लै के उ बड़ी ऐश करने है उन्होंने भी मतलब कि कोई ना कोई सोचना चाहिए गा बाकी ये कि एक दूजे से दोष लाते है इन्होंने सारे रल के डिवेलपमेंट करनी चाहिए लोगों की आदत हैगी छेती हूँ कि मैं तो दो बार हो गए साढ़े सत सवा सत ही आया वो कहते अठ बजे ना पहला शुरू कर देना जिंदा जिंदा राशन कर एम पी मतलब कि एक अच्छा ईमानदार और लोगों के विचरन वाला बंदा होना चाहिए गा जरा मतलब कि गरीब तो गरीब का अमीर भी हर बंदे की गल सुने डिवेलपमेंट करे लोगों की सेफ्टी वास्ते मतलब कि कानून जोड़े पिछले बना नशिया उत्ते ठल पा है जिन्हें जो भी होगा कि वारदातें मर गई उन्होंने कंट्रोल करना चाहिए है कोई लेडी कोई बंदा कि अपने घर से बैठा सेफ नहीं है वो तुम्हें भी पता रिएक्शन लोग है जोड़े किसी तरह का मैं कोई जिन्हें मेरे नाल प्यार करने वाले लोग सीगे सारे तो आम आदमी पार्टी है जी ज्वाइन कर गए और जिन्होंने नहीं की तो जोड़े है वह भी मेरी मदद कर रहे हैं क्योंकि जिहड़े पुराने रिश्ते होंगे है किते ना किते बंदे दा लिहाज तो जरूर करते पुराने रिश्ते की गल करो फिर कोई कांग्रेस भी होणगे जिहड़ा थोड़े कोई सपोर्ट कर रहे होणगे मैं तो हाँ मैं तो इसे करके कह रहा हूँ कि बहुत सारे लोग है जिहड़े वह सपोर्ट कर रहे हैं रिंकू जी ओपोजिशन सवाल खड़े करते कि कहिंदी आम आदमी पार्टी शायद बूथ कैप्ट नहीं करे इस तरीके दे नाल कुछ कर सकती किवें देख रहे हो देखो मैं हजे तक तो कोई इहोजी घटना पिछले पाँच सात दस इलैक्शन तुसी देख लो पंजाब दे विच कदी एहो जी घटना बूथ कैप्चरिंग वाली कोई घटना हजे तक सामने नहीं आई तो इत्थे तां लोग जिहड़े दुआबे दे लोग तां वैसे ही
शांति पसंद लोग है तो जिहड़ा भी बंदा इत्थे बूथ कैप्चरिंग लड़ाई झगड़ा वो करन दी कोशिश करेगा मेरा ख्याल है कि उस पार्टी का जरूर नुकसान होगा। सिमरजीत मान कहते हैं कि यूपी तो बंदे मंगाए हुए हैं गल है कि मेहनत करने पार्टी के लोग दूरों दूरों काम कर नहीं आते। अगर आम आदमी पार्टी नैशनल पार्टी है तो यूपी तो भी लोग आएंगे काम करने लगे। तो अच्छा क्रेज़ किमें देख रहे हो क्योंकि असं देख रहे कि अद्धा घंटा पहले ही लोग लाइनों के लगे हुए इसके आ गए तो लोग देखो गर्मी का मौसम है लोग तड़के तड़के काम निबेड़ना चाहते हैं क्योंकि सरकार ने लोगों को अवेयर किया कि जो सरकारी दफ्तर है वो भी सवेरे 7 बजे तो जोड़े है खोलने शुरू किए हैं। मेरा ख्याल है कि सवेरे सवेरे लोग है जोड़े वोट पोल करन तो बाद अपने कमां काजां ते जाना बेहतर समझ चैलेंज भी है कोई चैलेंज नहीं है जी किसी तरह का कोई चैलेंज नहीं है। लतीफपुरे का मसला हल होएगा सिद्धू मूसेवाला के फादर साहब है जोड़े उन्होंने कोई पोलीटिकल जिज्ञासा लगती है। अदरवाइज जे मैं हत्याकांड की गल करा तो वो जो 27 to 28 लोग है जोड़े जेलों के जो बाहर बैठा एक मुलजम उन्होंने भी फड़न की जी कार्रवाई जी चल रही है। वोट का अपना इस्तेमाल किया गया बिल्कुल रिंकू साहब जे तुम जितते हो सब तो पहला 3 काम केड़े होंगे की अपनी प्रायोरिटीज रहेंगी। देखो ऑलरेडी मैं काफी चैनल हर एक चैनल गल कर चुका कि प्रायोरिटीज है जलंधर 3-4 काम बड़े बड़े है। जलंधर का एयरपोर्ट बंद पे है जलंधर दी सड़कां खराब है जलंधर दे विच जिहड़े स्मार्ट सिटी दे जिहड़े काम है वो रुके पे है इन्हां सारयां नूं शुरू करना जिहड़ी है मेरी प्रायोरिटी है। पर तुसीं समझदे हो अज्ज जिहड़े जलंधर दे लोक ईमानदार ने इहदे नाल किथे ना किथे पंजाब दा सियासी मौसम जिहड़ा ओह तय होएगा पूरे पंजाब दा सियासी मौसम। देखो हजे चोणां दूर 24 हजे साल पे 27 हजे दूर है तो मैं समझदा कि लोग जिहड़े है मन बना चुके है। एक महीने की जिस तरीके असी कैंपेन चलाई है श्री अरविंद केजरीवाल साहब सरदार भगवंत मान साहब जिहड़े हर गली गली जिन्होंने जाके पिंड पिंड जाके जिन्होंने कैंपेन की है लोगों का मन बनया होया। लोग आम आदमी पार्टी ने जिहड़ा लोक सभा दे विच भी लैके जाना चाहते हैं। ਰਿੰਕੂ ਜੀ ਜਿੰਨੇ ਤੱਕ ਗੱਲ ਕਰੀਏ ਅਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੁਹਾਡੇ ਦਾਨਿਸ਼ਮੰਦਾਂ ਦੇ ਵਿੱਚੋਂ ਕਹਿ ਰਹੇ ਕਿ ਸੀਵਰੇਜ ਦੀ ਪ੍ਰੋਬਲਮ ਹੈ ਨਹਿਰੀ ਪਾਣੀ ਹੈ ਜਿਹੜਾ ਇਹਨਾਂ ਦੋ ਸਮੱਸਿਆਵਾਂ ਦੀ ਬਹੁਤ ਹਜੇ ਵੀ ਦਿੱਕਤ ਹੈ। ਦੇਖੋ ਜਿਹੜੀ ਇਸ ਗੱਲ ਤੋਂ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿੱਥੇ 40-40, 50-50 ਸਾਲ ਤੋਂ ਪੁਰਾਣੀਆਂ ਲਾਈਨਾਂ ਜਿਸ ਏਰੀਏ ਦੇ ਵਿੱਚ ਪਈਆਂ ਮੈਂ ਇਕੱਲੇ ਜਲੰਧਰ ਬਸਤੀ ਦਾਨਿਸ਼ਮੰਦਾਂ ਨਹੀਂ ਸਮੁੱਚੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਜਗ੍ਹਾ ਦੇ ਉੱਤੇ ਉਹਨਾਂ ਮਹੱਲਿਆਂ ਦੇ ਵਿੱਚ ਜਿਹੜੀ ਆ ਕਿਤਨਾ ਕਿਤੇ ਕੰਟੈਮੀਨੇਸ਼ਨ ਵਾਟਰ ਦੀ ਕਿਤਨਾ ਕਿਤੇ ਸੀਵਰੇਜ ਦੀ ਕਿਉਂਕਿ ਇਹ ਆਲਰੇਡੀ ਜਿਹੜੇ ਮਹੱਲੇ ਸੀਗੇ ਇਹ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਜਿਹੜੇ ਬਣੇ ਆ ਉਹਨਾਂ ਮਹੱਲਿਆਂ ਦੇ ਵਿੱਚ ਦਿੱਕਤ ਜ਼ਰੂਰ ਹੈ ਔਰ ਜਿਹੜੀਆਂ ਕਲੋਨੀਆਂ ਬਾਅਦ 'ਚ ਪਲੈਨਿੰਗ ਦੇ ਨਾਲ ਬਣੀਆਂ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਸੋ ਇਹ ਸਾਰੇ ਮਾਮਲੇ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬ ਪੱਧਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਨਾਲ ਡਿਸਕਸ ਕਰੀਏ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਫੌਰੀ ਤੌਰ 'ਤੇ ਹੱਲ ਹੈ ਉਹ ਕੀ ਹੋ ਸਕਦਾ ਕਿਹੜੀ ਵੱਡੀ ਪਲਾਨਿੰਗ ਇਹੋ ਜਿਹੀ ਕੀਤੀ ਜਾ ਸਕਦੀ ਹੈ ਕਿ ਜਿਹੜੇ ਪੁਰਾਣੇ ਮਹੱਲੇ ਆ ਅੰਦਰਲੀਆਂ ਛੋਟੀਆਂ ਗਲੀਆਂ ਸ਼ਹਿਰਾਂ ਦੀਆਂ ਉਹਨਾਂ ਨੂੰ ਇਹਨਾਂ ਦਿੱਕਤਾਂ ਤੋਂ ਜਿਹੜੀ ਰਾਹਤ ਦੇ ਸਕੇ ਲੋਕਾਂ ਦੀ ਪਲਸ ਨੂੰ ਜਾਂ ਲੋਕਾਂ ਦੀ ਬੋਡੀ ਲੈਂਗੁਏਜ ਨੂੰ ਅਸੈਸ ਕਰ ਸਕਦੇ ਹਾਂ। ਕਿੱਦਾਂ ਦੇਖੀਏ ਕਿਉਂਕਿ ਹੁਣ ਜਿਹੜਾ ਐਮ ਪੀ ਦੀ ਵੋਟ ਹੈ ਇਹਨੂੰ ਕਿਤੇ ਨਾ ਕਿਤੇ ਸੈਮੀ ਫਾਈਨਲ ਵੀ ਕਿਹਾ ਜਾ ਰਿਹਾ ਹੈ 2024। ਦੇਖੋ ਇਹਨੇ ਕਈ ਚੀਜ਼ਾਂ ਨਿਰਧਾਰਿਤ ਕਰਨੀਆਂ ਪਿਛਲੇ ਸਮੇਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਪਰਫੋਰਮੈਂਸ ਆ ਉਹਨੂੰ ਨਿਰਧਾਰਿਤ ਕਰਨਾ ਔਰ ਉਹਦੇ ਨਾਲ ਨਾਲ ਪਿਛਲੇ 9 ਸਾਲਾਂ ਦੀ ਬੀ ਜੇ ਪੀ ਦੀ ਦਿੱਲੀ ਦੇ ਵਿੱਚ ਪਰਫੋਰਮੈਂਸ ਨੂੰ ਕਿਤੇ ਨਾ ਕਿਤੇ ਨਿਰਧਾਰਿਤ ਕਰਨਾ ਪੋਲੀਟੀਕਲ ਮਾਇਨੇ ਇਹਦੇ ਹੈ। ਅਤੇ ਹੋਰ ਵੀ ਕਿਸ ਤਰੀਕੇ ਕਿਉਂਕਿ ਇੱਕ ਵੱਡਾ ਸਵਾਲ ਜਿਹੜਾ ਹੁਣ ਇਸ ਵੇਲੇ ਨਿਕਲ ਕੇ ਇਹ ਸਾਹਮਣੇ ਆਉਂਦਾ ਕਿ ਜਿਹੜੀਆਂ ਪਾਰਟੀਆਂ ਕਿਸੇ ਵੇਲੇ ਗੱਠਜੋੜ 'ਚ ਹੁੰਦੀਆਂ ਸੀਗੀਆਂ ਉਹ ਹੁਣ ਪਾਰਟੀਆਂ ਜਿਹੜੀਆਂ ਆਪਣੇ ਆਪ ਕੁਦਰ ਕੇ ਸਾਹਮਣੇ ਆਈਆਂ ਨੇ ਲੱਗਦਾ ਕਿ ਉਸ ਨਾਲ ਹੋਰ ਸ਼ੇਅਰ 'ਚ ਫਰਕ ਕਿਤੇ ਨਾ ਕਿਤੇ ਦਿਖਦਾ ਹੈ। ਦੇਖੋ ਹਰ ਪਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਵੋਟ ਸ਼ੇਅਰ ਨੂੰ ਅਸੈਸ ਕਰੇ। ਸੋ ਮੈਨੂੰ ਲੱਗਦਾ ਕਿ ਬੀ ਜੇ ਪੀ ਔਰ ਅਕਾਲੀ ਦਲ ਦਾ ਇੱਦਾਂ ਦੀ ਅਸੈਸਮੈਂਟ ਹੀ ਚੱਲ ਰਹੀ ਆ। ਇੱਕ ਸੁਨੇਹਾ ਜਿਹੜਾ ਦੇਖੋ ਮੇਰਾ ਇੱਕੋ ਹੀ ਆਈਡੀਆ ਹੁੰਦਾ ਕਿ ਤੁਸੀਂ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ। ਮੈਂ ਤਾਂ ਬੀ ਜੇ ਪੀ ਨੂੰ ਇੱਕੋ ਗੱਲ ਕਹਿੰਦਾ ਵੀ ਤੁਸੀਂ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲਿਓ।
जिदा पिछले समय के आम आदमी पार्टी ने और BJP ने इकट्ठे हो के पंजाब के पंजाबीयत नूं और सिखिज़म नूं बदनाम करन दी कोशिश की आ। पंजाबी इहो जी रेस नहीं है, पंजाबी इहो जिहा नहीं है। पंजाबी तां हमेशा सूबे लई देश लई सब तो पहला खड़े होण वाले जिहड़े आ पंजाबी। ठीक है, नहीं देखो ये तो स्टेटा ने बनानी होंगी आ। वैसे तो जी साड़ी हॉकी की सुरजीत अकैडमी हैगी ऑलरेडी चल रही आ, पर इन्होंने पिछले 15 महीनों के मेरा तो मैनू तो यह सगा कि शायद जो मैनू कोई गल पुछणगे स्पोर्ट्स बारे तो मैं जरूर दसूँगा, क्योंकि पोलीटिकल गल एक होंगी आ। पंजाब का अल्टीमेटली असी अगे वधाउणा ही आ, पर अनफॉर्चुनेटली स्पोर्ट्स के कोई यहोजी कम नहीं की सिवाय एक मेले तो। मेले नाल कदी भी खिडारी अगे नहीं आते, मेले नाल तां माहौल बनाया जा सकता, लेकिन उहदे विच जिहड़ा चंगा प्लेयर बनाउण लई उहदे विच बहुत मेहनत की जरूरत है, बहुत स्ट्रगल की जरूरत है, विच इज़ मिसिंग इन दिस कम। ਲੱਗਦਾ ਜਿਸ ਤਰੀਕੇ ਨਾਲ ਜਲੰਧਰ ਦੀ ਸਪੋਰਟਸ ਇੰਡਸਟਰੀ ਸਪੋਰਟਸ ਕਿਉਂਕਿ ਜਲੰਧਰ ਦਾ ਇੱਕ ਕਹਿ ਸਕਦੇ ਦਿਲ ਹੈ, ਲੱਗਦਾ ਜਿਸ ਤਰੀਕੇ ਨਾਲ ਬੀਤੇ ਦਿਨ ਜਿਹੜਾ ਹੈ ਸਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਫੁੱਟਬਾਲ ਬਣ ਕੇ ਬਾਹਰ ਜਾ ਰਹੇ ਨੇ ਉਦੋਂ ਤੱਕ ਕਿਤੇ ਜਿਹੜੇ ਨੇ ਝੰਡੀਆਂ ਦਿੱਤੀਆਂ ਜਾ ਰਹੀਆਂ ਨੇ, ਸਿਰਫ ਸਪੋਰਟਸ ਇੰਡਸਟਰੀ ਵਿੱਚ ਜ਼ਿਆਦਾ ਫਰਕ ਪਏਗਾ। ਨਹੀਂ ਯਾਰ ਕੀ ਦੇਖੋ ਇਹ ਜਿਹੜੇ ਇਹ ਹੈਗੀ ਆ ਬੇਸਿਕਲੀ ਇਸ਼ਤਿਹਾਰਾਂ ਦੀ ਅਤੇ ਸੋਸ਼ਲ ਮੀਡੀਆ ਦੀ ਪਾਰਟੀ, ਇਹਨਾਂ ਤੋਂ ਪ੍ਰੈਕਟੀਕਲ ਕੋਈ ਕੰਮ ਦੀ ਆਸ ਰੱਖਣੀ ਮੈਨੂੰ ਲੱਗਦਾ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈ। ਮੈਂ ਇਹਨਾਂ ਨੂੰ ਸਿਰਫ ਹਵਾ ਸਪਾਈਆਂ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੈਨੂੰ ਲਾਸਟ ਸਪਾਈ ਉਹਨਾਂ ਨਾਲ ਜਿਹਨਾਂ ਨੇ ਜਿਸ ਫੀਲਡ 'ਚ ਜਿਹਨਾਂ ਨੇ ਜਾਂਦੇ ਜਾਂਦੇ ਮੈਨੂੰ ਉਤਾਰਿਆ ਸੀ, ਔਰ ਉਹਨਾਂ ਦੇ ਜਿਹੜੇ ਵਰਕਰ ਸਮਰਥਕ ਨੇ ਉਹ ਮੇਰੀ ਪਿੱਠ 'ਤੇ ਖੜ੍ਹੇ ਨੇ, ਪਰ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਬੜਾ ਦਾ ਕੋਈ ਸਵਾਲ ਨਹੀਂ। ਪਰ ਇੱਕ ਗੱਲ ਜ਼ਰੂਰ ਹੈ, ਮੈਂ ਸਵੇਰ ਦਾ ਚੱਲਿਆ ਜਿਸ ਤਰ੍ਹਾਂ ਦਾ ਉਤਸ਼ਾਹ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਦਲ ਦੇ ਵਰਕਰਾਂ 'ਚ ਜਿਸ ਤਰ੍ਹਾਂ ਉਹ ਬੂਥ ਲਾ ਕੇ ਬੈਠੇ ਆ ਤਾਂ ਉਹ ਜਿੱਤ ਯਕੀਨੀ। ਸੁੱਖੀ ਜੀ ਕਿਹੜੇ ਮੁੱਦੇ ਕਿਹੜੇ ਹੈਗੇ ਨੇ ਫਲੋਰ ਹਲਕੇ ਦੇ? ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਫਲੋਰ ਦੇ ਵਿੱਚ ਫਲਾਈ ਓਵਰ ਨਹੀਂ ਬਣਿਆ ਰੇਲਵੇ ਦਾ, ਇਸ ਤਰ੍ਹਾਂ ਦੇ ਮੁੱਦੇ ਲੋਕ ਨਾਰਾਜ਼ ਹੈਗੇ? ਇਸ ਤੋਂ ਸਭ ਤੋਂ ਵੱਡਾ ਤਾਂ ਫਾਟਕ ਹੀ ਹੈ ਜੀ, ਤੁਸੀਂ ਉੱਥੇ ਜਾਓ ਘੰਟਾ ਤੁਹਾਡਾ ਲੱਗ ਜਾਂਦਾ ਜੀ। ਔਰ ਕਹਿੰਦਾ ਮਤਲਬ ਇਹ ਜਿਹੜੇ ਨਾ ਦੇਖੋ ਪ੍ਰਿਓਰਟੀ ਮੇਰੀ ਸਦਾ ਹੀ ਮੁੱਦੇ ਹੋਣ ਜਾਂ ਨਾ ਹੋਣ, ਮੇਰੀ ਪ੍ਰਿਓਰਟੀ ਸਦਾ ਹੀ ਹੈਲਥ ਅਤੇ ਐਜੂਕੇਸ਼ਨ ਰਹੀ ਹੈ ਔਰ ਰਹੇਗੀ। ਮੈਂ ਇਸ ਇਹ ਜ਼ਰੂਰ ਕਰਨਾ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਆ ਉਹ ਬੜੀ ਸਸਤੀ ਪਰ ਫਰੀ ਹੋਣੀ ਚਾਹੀਦੀ ਹੈ, ਕਿ ਜੇ ਕਿਸੇ ਨੂੰ ਡਿਵੈਲਪਮੈਂਟ ਕਰਨੀ ਹੈ ਕਿਸੇ ਵੀ ਸੂਬੇ ਦੀ, ਕਿਸੇ ਵੀ ਕਾਸਟ ਦੀ, ਕਿਸੇ ਵੀ ਧਰਮ ਦੀ, ਉਹ ਡਿਵੈਲਪਮੈਂਟ ਤਾਂ ਹੁੰਦੀ ਹੈ ਜੇ ਐਜੂਕੇਸ਼ਨ ਉਸ ਸਮਾਜ 'ਚ ਆ ਜਾਏ। ਬੇਸ਼ੱਕ ਆਮ ਆਦਮੀ ਪਾਰਟੀ ਦੇ ਪਿਛਲੀ ਕਾਂਗਰਸ ਸਰਕਾਰ ਜਿਹਨੇ ਉਹ 63 ਕਰੋੜ ਰੁਪਏ ਦਾ ਸਾਧੂ ਸਿੰਘ ਧਰਮਸੋਹ ਦੇ ਖਾ ਗਏ ਜੀ, 100 ਕਰੋੜ ਰੁਪਏ ਜਾਂਦੇ ਚੰਨੀ ਵੀ ਖਾ ਗਏ। ਔਰ ਕਹਿੰਦਾ ਮਤਲਬ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ, ਇਹ ਹਰਪਾਲ ਚੀਮਾ ਜੀ ਬਿਆਨ ਤਾਂ ਦਿੰਦੇ ਆ ਜਿੱਥੇ 3.5-4 ਲੱਖ ਬੱਚਾ ਪੋਸਟ ਮੈ ਜਿਹੜਾ ਸਕੋਲਰਸ਼ਿਪ ਸੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਕਰਕੇ ਅਕਾਲੀ ਸਰਕਾਰ ਵੇਲੇ ਪੜ੍ਹਦਾ ਸੀ, ਅੱਜ ਉਹ 7.5 ਲੱਖ ਹੈ। ਮੇਰੀ ਫਿਕਰ ਨਹੀਂ, ਤੁਸੀਂ ਚੈੱਕ ਕਰ ਸਕਦੇ ਹੋ ਕਿ ਇੰਨੀ ਗਿਰਾਵਟ ਆਏਗੀ ਅਤੇ ਇਹਨੂੰ ਪੋਸਟ ਮੈਟ੍ਰਿਕ ਸਕੋਲਰਸ਼ਿਪ ਜ਼ਿਆਦਾਤਰ ਸੈਂਟਰ ਦੀ ਦੇਣ ਆ, ਉਹਦੇ ਲਈ ਮੈਂ ਇਹ ਜਿਹੜਾ ਇਹ ਕੋਈ ਗੈਪ ਆ ਉਹਨੂੰ ਕਰਨ ਕੋਸ਼ਿਸ਼ ਕਰੂੰਗਾ ਕਿ ਉਹ ਪੋਸਟ ਮੈਟ੍ਰਿਕ ਸਕੋਲਰਸ਼ਿਪ ਉਸੇ ਜ਼ਿਆਦਾ 400। ਦੇਖੋ ਸਿੱਧੂ ਮੂਸੇਵਾਲੇ ਦਾ ਜਾਣਾ, ਸੰਦੀਪ ਔਰ ਕਹਿੰਦਾ ਮਤਲਬ ਸੰਜਾ ਕਬੱਡੀ ਦਾ ਖਿਡਾਰੀ ਸੀ ਨੰਗਲ ਅੰਬੀਆਂ ਵਾਲਾ, ਉਹਨਾਂ ਦਾ ਜਾਣਾ ਔਰ ਗੈਂਗਸਟਰਾਂ ਦਾ ਜ਼ਿਲ੍ਹੇ ਦੇ ਅੰਦਰ ਮਰਨਾ। ਔਰ ਇਹ ਕਿਤੇ ਨਾ ਕਿਤੇ ਸਾਡੇ, ਮੈਂ ਕੱਲ੍ਹ ਹੀ ਇੱਥੇ ਆਪਣੇ ਪਰਸੋਂ 3 ਕੁ ਦਿਨ ਦੀ ਗੱਲ, ਮੈਂ ਆਪਣਾ ਪਿੰਡ 'ਚ ਆਇਆ ਸੀ, ਮੈਂ ਉਹਨਾਂ ਦੇ ਜਦੋਂ ਚਾਹ ਪੀ ਲਿਆ ਸੀ, ਮੈਨੂੰ ਜਿਹੜੇ ਵਪਾਰੀ ਸੀ ਵੱਡੇ ਉਹ ਕਹਿਣ ਲੱਗੇ ਜੀ, ਮੈਂ ਕਿਹਾ ਤੁਸੀਂ ਕੀ ਚਾਹੁੰਦੇ ਹੋ? ਹੈ ਨਾ, ਉਹ ਕਹਿੰਦੇ ਸਾਡੇ ਇੱਥੇ ਥਾਣਾ ਖੋਲ੍ਹ ਦਿਓ। ਜੇ ਕਹਿੰਦਾ ਮਤਲਬ ਇੱਕ ਵਪਾਰੀ ਜਿਹੜਾ ਬੈਠਾ ਥਾਣੇ ਦੀ ਮੰਗ ਕਰ ਰਿਹਾ ਤਾਂ ਮਤਲਬ ਅਮਨ ਮਾਨ ਦੀ ਕੰਡੀਸ਼ਨ ਚੰਗੀ ਨਹੀਂ। ਮੈਨੂੰ ਇੱਕੋ ਗੱਲ ਦੱਸੀ ਸੀ, ਮੈਂ ਕਿਹਾ ਅੱਜ ਤੋਂ ਕੁਛ ਸਮਾਂ ਪਹਿਲਾਂ ਇੱਕ ਸਿਪਾਹੀ ਦੇ ਹੌਲਦਾਰ ਸਾਈਕਲ 'ਤੇ ਆਉਂਦੇ ਡੰਡੇ ਨਾਲ ਸਾਰਾ ਪਿੰਡ ਡਰ ਜਾਂਦਾ ਸੀ। ਗੱਲ ਪੁਲਿਸ ਦੀ ਨਹੀਂ, ਗੱਲ ਉਹਦੇ ਪਿੱਛੇ ਜਿਹੜੀ ਸਰਕਾਰ ਆ ਉਹਦੀ ਮਨਸ਼ਾ ਕੀ ਆ, ਜਿੰਨਾ ਚਿਰ ਉਹ ਸਟਰੋਂਗ ਨਹੀਂ, ਜਿੰਨਾ ਚਿਰ ਉਹ ਲੋਕਾਂ 'ਚ ਇਹ ਜਿਹੜਾ ਡਰ ਆ ਉਹ ਦੂਰ ਕਰਨ 'ਚ ਕਾਮਯਾਬ ਨਹੀਂ ਹੁੰਦੀ, ਲੋਕਾਂ 'ਚ ਡਰ ਬਣਿਆ ਰਹੇਗਾ। ਅਸੀਂ ਥਾਣੇ ਖੋਲ੍ਹ ਲਈ, ਅਸੀਂ ਬਾਹਰੋਂ ਫੋਰਸ ਮੰਗਾ ਲਈ, ਜੋ ਮਰਜ਼ੀ ਕਰ ਲਈਏ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਚੰਗੇ ਨੇ ਜਿਹੜੇ ਆਪਸੀ ਭਾਈਚਾਰਾ ਬਣਾਈ ਰੱਖੇ।